TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਕਹਾਣੀ ਸੰਸਾਰ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੀ ਕਹਾਣੀ ਹੈ ਜੋ ਬੀਜੋਗੇ ਉਹੀ ਖਾਓਗੇ। ਇੱਕ ਕੋਰੀਆਈ ਲੋਕ ਕਹਾਣੀ ਹੈ ਜਿਸ ਦਾ ਪੰਜਾਬੀ ਤਰਜਮਾ ਡਾਕਟਰ ਹਰਨੇਕ ਕੈਲੇ ਹੋਰਾਂ ਨੇ ਕੀਤਾ ਹੈ। ਕਹਾਣੀ ਹੈ ਕੋਰੀਆ ਦੀ ਲੋਕ ਕਹਾਣੀ, ਬੜੀ ਪੁਰਾਣੀ ਕਹਾਣੀ ਹੈ। ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਕੋਰੀਆ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਦੋ ਭਰਾ ਆਪਣੇ ਪਿਤਾ ਜੀ ਨਾਲ ਰਹਿੰਦੇ ਸੀ। ਛੋਟਾ ਭਰਾ ਅੰਤਾਂ ਦਾ ਮਿਹਨਤੀ ਅਤੇ ਨਾਲ ਰਹਿਮ ਦਿਲ, ਵੱਡਾ ਭਰਾ ਨਿਕੰਮਾ ਅਤੇ ਅੰਤਾਂ ਦਾ ਘਮੰਡੀ। ਉਹ ਆਪਣੇ ਛੋਟੇ ਭਰਾ ਦਾ ਅਪਮਾਨ ਕਰਦਾ, ਬੁੱਢੇ ਬਾਪ ਵੱਲ ਕਦੇ ਧਿਆਨ ਨਾ ਦਿੰਦਾ। ਹਰ ਰਾਤ ਭੋਜਨ ਕਰਨ ਤੋਂ ਬਾਅਦ ਪਿਤਾ ਜੀ ਆਖਦੇ, ਬੱਚਿਓ ਯਾਦ ਰੱਖਿਓ, ਤੁਸੀਂ ਜੋ ਬੀਜੋਗੇ ਉਹੀ ਖਾਓਗੇ। ਛੋਟਾ ਪੁੱਤ ਆਪਣੇ ਪਿਤਾ ਦੀ ਗੱਲ ਹਮੇਸ਼ਾ ਧਿਆਨ ਨਾਲ ਸੁਣਦਾ, ਪਰ ਵੱਡਾ ਇੱਧਰ ਉੱਧਰ ਝਾਕਦਾ ਰਹਿੰਦਾ ਅਤੇ ਉਬਾਸੀਆਂ ਲੈਂਦਾ ਰਹਿੰਦਾ। ਪਿਤਾ ਨੇ ਮਰਨ ਵਕਤ ਦੋਵੇਂ ਪੁੱਤਰਾਂ ਨੂੰ ਕੋਲ ਸੱਦਿਆ, ਕੋਲ ਬੁਲਾ ਕੇ ਆਖਿਆ, ਪੁੱਤਰੋ ਯਾਦ ਰੱਖਿਓ, ਏਕੇ ਵਿੱਚ ਬਰਕਤ ਹੈ। ਇਹ ਜ਼ਮੀਨ ਤੁਹਾਡੀ ਦੋਵਾਂ ਦੀ ਹੈ, ਰਲ ਮਿਲ ਕੇ ਕੰਮ ਕਰਿਓ, ਏਕੇ 'ਚ ਬਰਕਤ ਹੁੰਦੀ ਹੈ। ਵੱਡੇ ਭਰਾ ਨੂੰ ਗੁੱਸਾ ਲੱਗਿਆ। ਜਿਉਂ ਹੀ ਪਿਤਾ ਦਾ ਸੰਸਕਾਰ ਹੋਇਆ, ਉਹਨੇ ਆਪਣੇ ਛੋਟੇ ਭਰਾ ਨੂੰ ਘਰੋਂ ਕੱਢ ਦਿੱਤਾ। ਛੋਟਾ ਭਰਾ ਰੋਂਦਾ ਕਰਲਾਉਂਦਾ ਨਿਰਾਸ਼ਾ ਦੇ ਵਿੱਚ ਮੀਲੋ ਮੀਲ ਤੁਰਦਾ ਗਿਆ। ਆਖਿਰਕਾਰ ਅਜਿਹੇ ਸਥਾਨ 'ਤੇ ਪਹੁੰਚਿਆ, ਇਸ ਤਰ੍ਹਾਂ ਦੀ ਜ਼ਮੀਨ 'ਤੇ ਪਹੁੰਚਿਆ ਜਿਸ ਜ਼ਮੀਨ ਨੂੰ ਕੋਈ ਲੈਣਾ ਨਹੀਂ ਸੀ ਚਾਹੁੰਦਾ। ਉਸਨੇ ਉੱਥੇ ਹੌਲੀ ਹੌਲੀ ਝੋਨੇ ਦੀ ਖੇਤੀ ਸ਼ੁਰੂ ਕਰ ਦਿੱਤੀ, ਇੱਕ ਝੌਂਪੜੀ ਵੀ ਬਣਾ ਲਈ, ਦਿਨ ਰਾਤ ਇੱਕ ਕਰ ਦਿੱਤਾ, ਦਸਾਂ ਨੌਹਾਂ ਦੀ ਕਾਰ ਕਮਾਈ 'ਤੇ ਮਿਹਨਤ ਕਰਦਾ ਰਿਹਾ। ਆਖਿਰਕਾਰ ਮਿਹਨਤ ਨੂੰ ਫਲ ਲੱਗਿਆ, ਚੰਗਾ ਧਨ ਕਮਾ ਲਿਆ, ਵਿਆਹ ਕਰਵਾ ਲਿਆ, ਪਰਿਵਾਰ ਵਾਲਾ ਬਣ ਗਿਆ। ਪਰ ਇੱਕ ਸਾਲ ਇਸ ਤਰ੍ਹਾਂ ਦਾ ਆਇਆ ਕਿ ਬਰਸਾਤ ਨਾ ਹੋਈ, ਮੀਂਹ ਨਾ ਪਿਆ ਅਤੇ ਉਸਦੀ ਝੋਨੇ ਦੀ ਫਸਲ ਬਰਬਾਦ ਹੋ ਗਈ। ਭੁੱਖ ਨਾਲ ਆਪਣੀ ਪਤਨੀ ਅਤੇ ਬੱਚਿਆਂ ਨੂੰ ਸਿਸਕੀਆਂ ਭਰਦੇ ਵੇਖਦਾ ਅਤੇ ਉਸਦਾ ਦਿਲ ਟੁੱਟ ਗਿਆ। ਉਸਨੇ ਸੋਚਿਆ ਕਿ ਹੋਰ ਤਾਂ ਕੋਈ ਜਾਣ ਪਛਾਣ ਹੈ ਨਹੀਂ, ਅਮੀਰ ਭਰਾ ਕੋਲ ਚੱਲਦੇ ਹਾਂ। ਉਹ ਆਪਣੇ ਅਮੀਰ ਭਰਾ ਕੋਲ ਤੁਰਦਾ ਤੁਰਦਾ ਪਹੁੰਚਦਾ ਅਤੇ ਆਪਣੇ ਭਰਾ ਨੂੰ ਆਪਣੇ ਪਿਤਾ ਵੱਲੋਂ ਦੋਹਾਂ ਨੂੰ ਦਿੱਤੀ ਹੋਈ ਜ਼ਮੀਨ ਦਾ ਵਾਸਤਾ ਪਾ, ਜ਼ਮੀਨ ਦੀ ਮੰਗ ਤਾਂ ਨਹੀਂ ਕਰਦਾ ਪਰ ਕੁਝ ਚਾਵਲ ਅਤੇ ਕੁਝ ਅਨਾਜ ਦੇਣ ਵਾਸਤੇ ਆਖਦਾ। ਵੱਡੇ ਭਰਾ ਨੇ ਇਨਕਾਰ ਕਰਦਿਆਂ ਉਸਨੂੰ ਧੱਕੇ ਦੇ ਦਰਵਾਜ਼ਿਓਂ ਬਾਹਰ ਕਰ ਦਿੱਤਾ। ਛੋਟਾ ਭਰਾ ਜਿਉਂ ਹੀ ਪਿੰਡੋਂ ਨਿਕਲਿਆ ਤਾਂ ਉਹ ਵੇਖਦਾ ਹੈ ਕਿ ਇੱਕ ਦਰਖਤ ਦੇ ਉੱਤੇ ਕੋਈ ਚਿੜੀ ਚੀਕ ਰਹੀ ਹੈ, ਆਵਾਜ਼ਾਂ ਦੇ ਰਹੀ ਹੈ। ਅਸਲ ਦੇ ਵਿੱਚ ਇੱਕ ਸੱਪ ਨੇ ਚਿੜੀ ਦੇ ਬੱਚੇ 'ਤੇ ਹਮਲਾ ਕਰ ਦਿੱਤਾ ਸੀ। ਚਿੜੀ ਦਾ ਬੱਚਾ ਬੜਾ ਛੋਟਾ ਹੋਣ ਕਰਕੇ ਬਚਣ ਦੀ ਕੋਸ਼ਿਸ਼ ਤਾਂ ਕਰ ਰਿਹਾ ਸੀ ਪਰ ਜ਼ਿਆਦਾ ਛੋਟਾ ਹੋਣ ਕਰਕੇ ਉਹ ਉੱਡ ਨਾ ਸਕਿਆ ਅਤੇ ਆਖਿਰਕਾਰ ਜ਼ਮੀਨ 'ਤੇ ਧੜੰਮ ਆ ਡਿੱਗਿਆ। ਉਸਨੇ ਉਹਨੂੰ ਚੁੱਕਿਆ। ਜਦੋਂ ਸੱਪ ਉਸ ਦਰਖਤ ਤੋਂ ਚਲਾ ਗਿਆ ਤਾਂ ਉਸ ਚਿੜੀ ਦੇ ਬੱਚੇ ਨੂੰ ਆਲਣੇ ਵਿੱਚ ਰੱਖ ਕੇ ਅਤੇ ਆਪਣੇ ਪਰਿਵਾਰ ਕੋਲ ਆ ਪਹੁੰਚਿਆ। ਆ ਭਾਵੇਂ ਭੁੱਖਾ ਪਿਆਸਾ ਰਹਿੰਦਾ ਪਰ ਪਰਿਵਾਰ ਨੂੰ ਕਿਤੋਂ ਨਾ ਕਿਤੋਂ ਕੁਝ ਲਿਆ ਕੇ ਖਵਾਉਂਦਾ ਰਹਿੰਦਾ। ਇੱਕ ਦਿਨ ਉਹ ਆਉਂਦਾ ਹੈ ਕਿ ਇੱਕ ਦਿਨ ਉਹ ਛੋਟੀ ਜਿਹੀ ਚਿੜੀ ਉਹਨਾਂ ਦੀ ਝੌਂਪੜੀ 'ਤੇ ਆ ਕੇ ਬਹਿੰਦੀ ਹੈ। ਦਰਅਸਲ ਇਹ ਉਹੀ ਚਿੜੀ ਸੀ ਜਿਸ ਨੂੰ ਉਹਨੇ ਸੱਪ ਤੋਂ ਬਚਾਇਆ ਸੀ। ਹੁਣ ਉਹ ਉੱਡ ਸਕਦੀ ਸੀ, ਉਹ ਉਸ ਨੂੰ ਪਹਿਚਾਣ ਸਕਦੀ ਸੀ। ਝੌਂਪੜੀ 'ਤੇ ਬੈਠੀ ਉਹ ਧੰਨਵਾਦੀ ਗੀਤ ਗੁਣਗੁਣਾ ਰਹੀ ਸੀ। ਫਿਰ ਉਸਨੇ ਝੌਂਪੜੀ ਦੇ ਆਲੇ ਦੁਆਲੇ 3-4 ਚੱਕਰ ਲਾਏ ਅਤੇ ਜ਼ਮੀਨ ਦੇ ਇੱਕ ਨਵੀਂਦਾਰ ਹਿੱਸੇ 'ਤੇ ਇੱਕ ਵੱਡਾ ਬੀਜ ਸੁੱਟ ਦਿੱਤਾ। ਪਰਿਵਾਰ ਦੇ ਦੇਖਦਿਆਂ ਦੇਖਦਿਆਂ ਬੀਜ ਵੇਲ ਵਿੱਚ ਬਦਲ ਗਿਆ, ਵੇਲ ਵੱਡੀ ਹੁੰਦੀ ਗਈ। ਕੁਝ ਹੀ ਦਿਨਾਂ ਵਿੱਚ ਉਸਨੂੰ ਖਰਬੂਜੇ ਲੱਗ ਗਏ ਅਤੇ ਜਲਦੀ ਉਹ ਖਰਬੂਜੇ ਤੋੜਨ ਵਾਲੇ ਹੋ ਗਏ। ਪਿਤਾ ਜੀ, ਆਪਾਂ ਇੱਕ ਇਹਨਾਂ ਵਿੱਚੋਂ ਖਰਬੂਜਾ ਤੋੜ ਕੇ ਵੇਖੀਏ, ਬੱਚਿਆਂ ਨੇ ਆਖਿਆ। ਪਿਤਾ ਨੇ ਇੱਕ ਖਰਬੂਜਾ ਤੋੜਿਆ। ਜਦੋਂ ਉਸਨੂੰ ਵਿਚਕਾਰੋਂ ਕੱਟਿਆ ਤਾਂ ਵੇਖਿਆ ਕਿ ਉਹ ਸੋਨੇ ਦੇ ਸਿੱਕਿਆਂ ਨਾਲ ਭਰਿਆ ਹੋਇਆ ਸੀ ਅਤੇ ਇਹ ਸਿੱਕੇ ਉਸਦੇ ਪੈਰਾਂ 'ਤੇ ਆ ਡਿੱਗੇ। ਅਸਲ ਦੇ ਵਿੱਚ ਉਹਨਾਂ ਸਾਰਿਆਂ ਖਰਬੂਜਿਆਂ ਦੇ ਵਿੱਚ ਹੀ ਸੋਨੇ ਦੇ ਸਿੱਕੇ ਸੀ। ਉਹ ਕੁਝ ਹੀ ਦਿਨਾਂ ਦੇ ਵਿੱਚ ਅਮੀਰ ਬਣ ਗਏ। ਉਹਨਾਂ ਕੋਲ ਖਾਣ ਦੀ ਬਹੁਤਾਤ ਹੋ ਗਈ, ਉਹਨਾਂ ਨੇ ਵੱਡਾ ਘਰ ਪਾ ਲਿਆ, ਉਹਨਾਂ ਕੋਲ ਜ਼ਮੀਨ ਵੀ ਬਹੁਤ ਹੋ ਗਈ, ਜਿੱਥੇ ਕਿਤੇ ਵਿਕਦੀ ਅਤੇ ਉਹ ਖਰੀਦ ਲੈਂਦੀ। ਅਤੇ ਇਹ ਖਬਰ ਉਸ 'ਤੇ ਘਮੰਡੀ ਵੱਡੇ ਭਰਾ ਤੱਕ ਜਾ ਪਹੁੰਚੀ। ਆਪਣੇ ਛੋਟੇ ਭਰਾ ਦੇ ਅਮੀਰ ਹੋਣ ਦਾ ਪਤਾ ਲੱਗਿਆ ਅਤੇ ਅੰਤਾਂ ਦੀ ਈਰਖਾ ਹੋਰ ਹੋ ਗਈ ਅਤੇ ਉਹ ਵੀ ਆਪਣੇ ਭਰਾ ਵਾਂਗ ਕਿਸੇ ਚਿੜੀ ਨੂੰ, ਕਿਸੇ ਪੰਛੀ ਨੂੰ ਲੱਭਣ ਲੱਗਾ। ਕਿਉਂਕਿ ਜਾਦੂਮਈ ਪੰਛੀ ਲੱਭੇ ਤਾਂ ਕਿ ਮੈਂ
ਆਪਣੇ ਭਰਾ ਦੇ ਨਾਲੋਂ ਹੋਰ ਅਮੀਰ ਹੋ ਸਕਾਂ। ਭਾਲ ਦੇ ਵਿੱਚ ਤੁਰਿਆ ਰਹਿੰਦਾ, ਇੱਕ ਦਿਨ ਉਸ ਦਾ ਇੱਕ ਟੁੱਟੀ ਲੱਤ ਵਾਲੇ ਪੰਛੀ ਦੇ ਨਾਲ ਮਿਲਾਪ ਹੋਇਆ। ਇਹ ਉਸ ਨੂੰ ਚੁੱਕਦਾ, ਚੁੱਕ ਕੇ ਆਖਦਾ ਕਿ ਛੋਟੇ ਪੰਛੀ, ਜੇ ਤੂੰ ਮੇਰੀ ਮਦਦ ਕਰੇਗਾ ਤਾਂ ਮੈਂ ਤੇਰੀ ਮਦਦ ਕਰ ਸਕਦਾ। ਪਰ ਛੋਟੇ ਪੰਛੀ ਨੂੰ ਪਤਾ ਸੀ ਕਿ ਇਹ ਵਿਅਕਤੀ ਲਾਲਚੀ ਹੈ, ਇਹ ਵਿਅਕਤੀ ਜ਼ਾਲਮ ਹੈ। ਜਦ ਉਸਦੀ ਲੱਤ ਨੂੰ ਆਰਾਮ ਆ ਗਿਆ ਤਾਂ ਉਸਨੇ ਘਰ ਦੇ ਆਲੇ ਦੁਆਲੇ 3-4 ਚੱਕਰ ਲਾਏ, ਬਾਹਰ ਗਿੱਲੀ ਜ਼ਮੀਨ ਦੇ ਉੱਤੇ ਇੱਕ ਬੀਜ ਸੁੱਟਿਆ। ਇਸ ਘਮੰਡੀ ਵਿਅਕਤੀ ਨੇ ਸੋਚਿਆ ਕਿ ਗੱਲ ਬਣ ਗਈ, ਕਹਾਣੀ ਉਹੀ ਬਿਲਕੁਲ ਭਰਾ ਵਾਲੀ ਬਣਦੀ ਜਾਂਦੀ ਹੈ। ਵੇਲ ਵੱਡੀ ਹੁੰਦੀ ਗਈ, ਬੀਜ ਲੱਗ ਗਏ। ਆਪਣੇ ਛੋਟੇ ਭਰਾ ਵਰਗੀ ਕਿਸਮਤ ਦੀ ਉਮੀਦ ਕਰਦਿਆਂ ਉਹ ਵੇਲ ਨਾਲ ਲੱਗੇ ਖਰਬੂਜ਼ਿਆਂ ਨੂੰ ਵੱਡਾ ਹੁੰਦਾ ਦੇਖਦਾ। ਫਿਰ ਉਹਨਾਂ ਵਿੱਚੋਂ ਸਭ ਤੋਂ ਵੱਡਾ ਖਰਬੂਜ਼ਾ ਇੱਕ ਦਿਨ ਉਹਨੇ ਤੋੜਿਆ। ਜਦ ਉਸਨੂੰ ਕੱਟ ਕੇ ਵੇਖਦਾ, ਉਮੀਦ ਸੀ ਕਿ ਸੋਨੇ ਦੇ ਸਿੱਕੇ ਨਿਕਲਣਗੇ, ਪਰ ਸੋਨੇ ਦੇ ਸਿੱਕਿਆਂ ਦੀ ਥਾਂ 'ਤੇ ਸੈਂਕੜੇ ਸਿਪਾਹੀ ਬਾਹਰ ਨਿਕਲਦੇ ਨੇ, ਜੋ ਉਸਦਾ ਸਾਰਾ ਧਨ ਲੁੱਟ ਲੈਂਦੇ ਹੈ ਅਤੇ ਨਾਲ ਡਾਂਗਾਂ ਨਾਲ ਅੰਤਾਂ ਦਾ ਕੁੱਟਦੇ ਹੈ। ਕੁੱਟ ਪੈਣ ਕਰਕੇ ਉਸਦਾ ਅੰਗ ਅੰਗ ਦੁਖਣ ਲੱਗਦਾ। ਪਰ ਉਸਨੇ ਸੋਚਿਆ ਕਿ ਹੋ ਸਕਦਾ ਕਿ ਇੱਕ ਖਰਬੂਜ਼ੇ ਦੇ ਵਿੱਚ ਇਹ ਸਿਪਾਹੀ ਸਨ, ਬਾਕੀ ਦੇ ਖਰਬੂਜ਼ਿਆਂ ਦੇ ਵਿੱਚ ਸੋਨੇ ਦੇ ਸਿੱਕੇ ਜ਼ਰੂਰ ਹੋਣਗੇ। ਉਹ ਇੱਕ ਹੋਰ ਖਰਬੂਜ਼ਾ ਤੋੜਦਾ। ਜਦ ਉਸ ਖਰਬੂਜ਼ੇ ਨੂੰ ਕੱਟਦਾ ਤਾਂ ਉਸਦੇ ਵਿੱਚੋਂ ਫੰਕਾਰੇ ਮਾਰਦੇ ਸੱਪ ਨਿਕਲਦੇ ਹੈ। ਇਹ ਸੱਪ ਇਸ ਅਮੀਰ ਵਿਅਕਤੀ ਦੇ ਘਰ ਵਿੱਚ ਦਾਖਲ ਹੋ ਜਾਂਦੇ ਹੈ। ਫਿਰ ਉਹ ਤੀਸਰੇ ਖਰਬੂਜ਼ੇ ਨੂੰ ਤੋੜਦਾ, ਉਸ ਨੂੰ ਕੱਟਦਾ, ਉਸਦੇ ਵਿੱਚੋਂ ਚੂਹੇ ਨਿਕਲਦੇ ਨੇ। ਚੂਹਿਆਂ ਨੂੰ ਨਿਕਲਦਾ ਵੇਖ ਉਹ ਪਾਸੇ ਹੋ ਕੇ ਖੜਦਾ। ਫਿਰ ਖਰਬੂਜ਼ੇ ਤੋੜਨ ਦੀ ਲੋੜ ਨਹੀਂ ਪੈਂਦੀ ਅਤੇ ਖਰਬੂਜ਼ੇ ਆਪਣੇ ਆਪ ਫੱਟਣ ਲੱਗਦੇ ਹੈ ਅਤੇ ਉਹਨਾਂ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਕੀੜੇ ਮਕੌੜੇ ਨਿਕਲਣ ਲੱਗਦੇ ਹੈ, ਜੋ ਉਹਦੀਆਂ ਅੱਖਾਂ ਦੇ ਸਾਹਮਣੇ ਹੰਕਾਰੇ ਹੋਏ ਵਿਅਕਤੀ ਨੇ ਜੋ ਠੱਗੀਆਂ ਫੱਬੀਆਂ ਦੇ ਨਾਲ ਘਰ ਦੇ ਵਿੱਚ ਸਮਾਨ ਜੋੜ ਕੇ ਰੱਖਿਆ ਸੀ, ਵੇਖਦਿਆਂ ਵੇਖਦਿਆਂ ਸਭ ਕੁਝ ਤਬਾਹ ਕਰ ਦਿੰਦੇ ਹੈ। ਉਹ ਘਰ ਛੱਡ ਕੇ ਦੌੜਦਾ। ਹੁਣ ਉਸਦੀ ਹਾਲਤ ਇੰਨੀ ਕੁ ਮੰਦੀ ਹੋ ਚੁੱਕੀ ਸੀ ਜਿੰਨੀ ਉਸਦੇ ਭਰਾ ਦੀ ਕਦੇ ਵੀ ਨਹੀਂ ਸੀ ਹੋਈ। ਉਹ ਪਿੰਡ ਪਿੰਡ ਜਾਂਦਾ, ਰੋਟੀ ਮੰਗ ਕੇ ਖਾਂਦਾ ਅਤੇ ਗੁਜ਼ਾਰਾ ਕਰਦਾ। ਜਿੱਥੇ ਰਾਤ ਪੈਂਦੀ ਹੈ ਨੀਲੇ ਅਸਮਾਨ ਦੀ ਛੱਤ ਹੇਠ ਸੌਂ ਜਾਂਦਾ। ਇੱਕ ਦਿਨ ਉਸਨੇ ਵੇਖਿਆ ਕਿ ਉਸਦਾ ਛੋਟਾ ਭਰਾ ਉਸਦੇ ਨੇੜੇ ਹੀ ਖੁਰਪਾਲੇ ਖੜ੍ਹਾ ਸੀ। ਉਸਨੂੰ ਵੇਖ ਕੇ ਉੱਥੋਂ ਜਾਣ ਹੀ ਲੱਗਾ ਸੀ ਕਿ ਛੋਟੇ ਭਰਾ ਨੇ ਉਸ ਨਾਲ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਿਆ ਅਤੇ ਆਖਣ ਲੱਗਿਆ, ਵੀਰਿਆ ਪਹਿਚਾਣਿਆ ਨਹੀਂ, ਆ ਆਪਾਂ ਉਹੀ ਕਰੀਏ ਜੋ ਜਾਣ ਵਕਤ ਆਪਣੇ ਪਿਤਾ ਜੀ ਆਪਾਂ ਨੂੰ ਆਖ ਕੇ ਗਏ ਸੀ। ਆ ਛੱਡੀਏ ਈਰਖਾ, ਇੱਕ ਇਕੱਠੇ ਹੋ ਕੇ ਨਵੀਂ ਫਸਲ ਬੀਜੀਏ। ਇਸ ਘਮੰਡੀ ਭਰਾ ਦੀਆਂ ਅੱਖਾਂ ਦੇ ਵਿੱਚ ਸ਼ਰਮ ਵੀ ਸੀ, ਅੱਖਾਂ ਨਮ ਵੀ ਹੋ ਗਈਆਂ, ਅੱਖਾਂ ਵਿੱਚ ਅੱਥਰੂ ਵੀ ਸੀ ਅਤੇ ਆਪਣੇ ਛੋਟੇ ਭਰਾ ਨੂੰ ਗਲਵੱਕੜੀ 'ਚ ਲੈ ਲੈਂਦਾ ਹੈ ਅਤੇ ਫਸਲ ਬੀਜਦੇ ਹੈ। ਮਿਹਨਤ ਮੁਸ਼ੱਕਤ ਕਰਦੇ ਹੈ ਅਤੇ ਇੱਕ ਵਾਰ ਫਿਰ ਹਰੀ ਭਰੀ ਫਸਲ ਲਹਿਰਾਉਂਦੀ ਹੈ ਅਤੇ ਮੁੜ ਕੇ ਘਰ ਦੇ ਵਿੱਚ ਫਿਰ ਬਹਾਰਾਂ ਆਉਂਦੀਆਂ ਨੇ। ਸੋ ਇਹ ਕਹਾਣੀ ਸਾਨੂੰ ਸਬਕੀ ਦਿੰਦੀ ਹੈ ਕਿ ਏਕੇ ਵਿੱਚ ਬਰਕਤ ਹੈ। ਆਪਣੇ ਮਾਪਿਆਂ ਦੀ ਇੱਜ਼ਤ ਕਰੀਏ, ਛੋਟਿਆਂ ਨਾਲ ਪਿਆਰ ਅਤੇ ਵੱਡਿਆਂ ਨੂੰ ਸਤਿਕਾਰ ਦਈਏ। ਮਿਹਨਤ ਦੇ ਵਿੱਚ ਏਕੇ ਦੇ ਵਿੱਚ ਬਰਕਤ ਹੈ। ਅਤੇ ਦੂਸਰੀ ਗੱਲ, ਜੇਕਰ ਕਿਸੇ ਦਾ ਕੁਝ ਕਰਨਾ ਚਾਹੁੰਦੇ ਹੋ ਤਾਂ ਅਹਿਸਾਨ ਦਾ ਬਦਲਾ ਅਹਿਸਾਨ ਨਾਲ ਤਾਂ ਚੁਕਾਇਆ ਜਾ ਸਕਦਾ, ਪਰ ਜੇਕਰ ਕਿਸੇ ਦਾ ਕੰਮ ਸਵਾਰਨਾ ਚਾਹੁੰਦੇ ਹੋ, ਉਹਦੇ ਵਿੱਚ ਤੁਹਾਡਾ ਲਾਲਚ ਹੈ, ਫਿਰ ਤੁਹਾਡੇ ਕੀਤੇ ਕੰਮ ਦੇ ਵਿੱਚੋਂ ਕੀੜੇ ਮਕੌੜੇ ਤਾਂ ਨਿਕਲ ਸਕਦੇ ਹੈ, ਖਰਬੂਜ਼ੇ ਦੇ ਵਿੱਚੋਂ ਸੋਨੇ ਦੇ ਸਿੱਕੇ ਨਹੀਂ ਨਿਕਲਣਗੇ। ਦੋਸਤੋ, ਉਮੀਦ ਹੈ ਕਿ ਇੱਕ ਸਿੱਖਿਆਦਾਇਕ ਕਹਾਣੀ, ਕੋਰੀਆਈ ਮੂਲ ਦੀ ਕਹਾਣੀ, ਸਾਡੇ ਸਾਹਿਤ ਵਿੱਚ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ। ਕਿਰਪਾ ਕਰਕੇ ਸਾਹਿਤ ਪੜ੍ਹਨਾ ਜਾਂ ਸੁਣਨਾ ਸ਼ੁਰੂ ਕਰ ਦਈਏ। ਜੇਕਰ ਕਹਾਣੀ ਸਿੱਖਿਆਦਾਇਕ ਲੱਗੀ ਹੈ, ਚੰਗੀ ਲੱਗੀ ਹੈ, ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਰਨ ਦੇ ਨਾਲ ਨਾਲ, ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰੱਖਾ।